ਹੁਕਮਰਾਨਾਂ ਦੇ ਵੀ ਅੰਦਾਜ਼ ਬੜੇ ਬੜੇ ਨਿਰਾਲੇ, ਬੜੀ ਬੜੀ ਅਕਲ ਦਿੱਤੀ ਹੈ, ਬੜੇ ਬੜੇ ਸਿਆਣੇ ਨੇ ਮਾਸ਼ਾਅੱਲਾ। ਸਾਡੇ ਬਾਦਸ਼ਾਹ ਵੀ ਬੜੇ ਬੜੇ ਸਿਆਣੇ ਨੇ, ਸਾਡੇ ਬਾਦਸ਼ਾਹ ਵੀ ਬਹੁਤ ਅਕਲ ਰੱਖਦੇ ਨੇ, ਬੜੀ ਸਮਝ ਹੈ। ਅੱਲਾਹ ਪਾਕ ਇਹਨਾਂ ਨੂੰ ਹੋਰ ਜ਼ਿਆਦਾ ਅਕਲ ਦੇਵੇ, ਅੱਲਾਹ ਹਦਾਇਤ ਵੀ ਦੇਵੇ ਕਿ ਉਹ ਇੱਕ ਸ਼ਹਿਰ ਦੇ ਵਿੱਚ ਨਾਨ ਭਾਈ ਵਾਲਾ ਸੀ, ਤੰਦੂਰ ਵਾਲਾ ਸੀ, ਉਹ ਨਾਨ ਬਣਾ ਕੇ ਵੇਚਦਾ ਸੀ। ਉਹ ਨਾਨ 5 ਰੁਪਏ ਦਾ ਵੇਚਦਾ ਸੀ। ਇੱਕ ਦਿਨ ਆਉਂਦਾ ਕਿ ਮੈਨੂੰ ਨਾਨਾ 'ਚੋਂ ਬਚਦਾ ਕੋਈ ਨਹੀਂ, ਮੇਰੀ ਦਿਹਾੜੀ ਨਹੀਂ ਬਣਦੀ, ਮੈਂ ਬਾਦਸ਼ਾਹ ਦੇ ਪੇਸ਼ ਹੋਣਾ, ਬਾਦਸ਼ਾਹ ਸਲਾਮਤ ਨੂੰ ਕਹਿਣਾ ਕਿ ਥੋੜ੍ਹੀ ਸਾਰੀ ਨਾਨ ਦੀ ਕੀਮਤ ਮੈਨੂੰ ਵਧਾਉਣ ਦੀ ਇਜਾਜ਼ਤ ਦੇਵੋ। ਬਾਦਸ਼ਾਹ ਦੇ ਕੋਲ ਜਾਂਦਾ ਆਉਂਦਾ, ਬਾਦਸ਼ਾਹ ਸਲਾਮਤ ਅਗਰ ਇਜਾਜ਼ਤ ਹੋਵੇ ਤਾਂ ਮੈਂ ਨਾਨ ਦੀ ਕੀਮਤ 8-10 ਰੁਪਏ ਨਾ ਕਰ ਲਾਂ। ਬਾਦਸ਼ਾਹ ਆਉਂਦਾ, ਤੇਰਾ ਬਣਦਾ ਕੁਛ ਨਹੀਂ? ਆਖਿਆ ਨਹੀਂ ਸਰਕਾਰ, ਕੰਮ ਘਾਟੇ 'ਚ ਹੀ ਜਾ ਰਿਹਾ, ਬੱਚੇ ਨੇ ਛੋਟੇ ਛੋਟੇ ਅਤੇ ਗੁਜ਼ਾਰਾ ਹੀ ਨਹੀਂ ਚੱਲਦਾ। ਆਖਿਆ ਅੱਛਾ ਤੂੰ ਇਸ ਤਰ੍ਹਾਂ ਕਰ, ਤੂੰ ਮੇਰੇ ਹੁਕਮ ਦੇ ਮੁਤਾਬਕ ਨਾਨ ਸੁਬਾਹ ਤੂੰ 30 ਰੁਪਏ ਦਾ ਵੇਚ, ਅਤੇ ਜਿੰਨੇ ਨਾਨ ਨਾਲ ਇਹਨਾਂ ਨੂੰ ਉਹਨਾਂ ਸਾਰਿਆਂ ਨੂੰ ਆਰਡਰ ਕਰ ਦੇ ਕਿ ਨਾਨ 30 ਰੁਪਏ ਦਾ ਕਰ ਦੇ। ਉਹ ਬੜਾ ਖੁਸ਼ ਛਾਲਾ ਮਾਰਦਾ ਆਇਆ, ਉਹ ਸਾਰੀਆਂ ਦੁਕਾਨਾਂ ਦੇ ਉੱਤੇ ਗਿਆ, ਉਹਨੇ ਆਖਿਆ ਬਈ ਨਾਨਾ ਵਾਲਿਓ, ਇਹ ਵੇਖੋ, ਇਹ ਮੈਂ ਬਾਦਸ਼ਾਹ ਦਾ ਪਰਵਾਨਾ, ਬਾਦਸ਼ਾਹ ਦੀ ਚਿੱਠ ਮੈਨੂੰ ਕੋਲ ਹੈ, ਬਾਦਸ਼ਾਹ ਨੇ ਮੈਨੂੰ ਆਖਿਆ ਕਿ ਤੁਸੀਂ ਨਾਨ ਜਿਹੜਾ 30 ਰੁਪਏ ਦਾ ਕਰ ਦਿਓ, ਖੁੱਲ੍ਹੇ ਪੈਸੇ ਵੱਟੋ। ਉਹਨਾਂ ਸੁਬਾਹ ਸਾਰਿਆਂ ਨੇ ਨਾਨ 30 ਰੁਪਏ ਦਾ ਕਰ ਦਿੱਤਾ। ਜਿਹੜੇ ਹੁਣ 5 ਰੁਪਏ ਦਾ ਲੈਂਦੇ ਹਨ ਉਹ ਗਏ ਉੱਥੇ ਨਾਨ ਲੈਣ ਵਾਸਤੇ, ਅਤੇ ਬਾਦਸ਼ਾਹ ਕਹਿੰਦਾ ਕਿ ਉਹ ਜਿਹੜਾ ਬਿਨਾ ਨਾਨ ਵਾਲਾ, ਉਹ ਆਉਂਦਾ ਬਈ ਨਾਨ ਆਈ 30 ਰੁਪਏ ਦੇ। ਉਹ ਵੇਖ ਕੇ ਘਬਰਾ ਜਾਣ, ਪਰੇਸ਼ਾਨ ਹੋ ਜਾਣ, ਯਾਰ 1 ਰੁਪਇਆ ਵੀ ਨਹੀਂ ਵਧਿਆ, 2 ਵੀ ਨਹੀਂ ਵਧੇ, 5 ਵੀ ਨਹੀਂ ਵਧੇ, ਉਹ 30 ਰੁਪਏ ਦਾ ਹੋ ਗਿਆ, 25 ਰੁਪਏ ਰੇਟ ਵਧਾ ਛੱਡਿਆ। ਉਹਨੇ ਆਖਿਆ ਜੀ ਜਨਾਬ ਬਿਲਕੁਲ ਇਸ ਤਰ੍ਹਾਂ ਹੀ ਗੱਲ, ਬਾਦਸ਼ਾਹ ਨੇ ਕਿਹਾ ਸੀ ਤੂੰ ਮੇਰੇ ਆਰਡਰ ਦੇ ਨਾਲ ਤੂੰ ਰੇਟ ਵਧਾ ਦੇ, ਮੇਰਾ ਨਾਨ ਹੀ ਲੈਣ, ਤੂੰ ਵਧਾ ਦੇ ਬਸ। ਉਹ ਲੋਕਾਂ ਨੇ ਇੱਕ ਬੰਦਾ ਇਕੱਠਾ ਹੋ, 2-4 ਹੋ, ਹੌਲੀ ਹੌਲੀ ਉਹ ਜਲੂਸ ਬਣ ਗਿਆ। ਜਲੂਸ ਲੈ ਕੇ ਲੋਕ ਇਹਤਜਾਜ ਕਰਦੇ ਕਰਦੇ ਬਾਦਸ਼ਾਹ ਦੇ ਵਜ਼ੀਰ ਆਜ਼ਮ ਹਾਊਸ ਵਿੱਚ ਪਹੁੰਚ ਗਏ। ਬਾਦਸ਼ਾਹ ਨੂੰ ਜਾ ਕੇ ਆਉਂਦੇ ਨੇ, ਬਾਦਸ਼ਾਹ ਸਲਾਮਤ, ਇਹਦੇ ਨਾਲ ਤੇ ਅਸੀਂ ਮਰ ਜਾਈਏ, ਚੰਗਿਆ ਉਹ ਇੰਨੀ ਮਹਿੰਗਾਈ। ਅਸਲ ਵਿੱਚ ਲੋਕਾਂ ਕੋਲ ਟਾਈਮ ਵੀ ਕੋਈ ਨਹੀਂ ਇਹਤਜਾਜ ਕਰਨ ਦਾ, ਅਤੇ ਉਹਨਾਂ ਕੋਲ ਟਾਈਮ ਹੈ ਸੀ, ਉਹ ਟਾਈਮ ਲੈ ਕੇ ਤਾਂ ਤੁਰ ਗਏ। ਉਹਨਾਂ ਆਖਿਆ ਬਾਦਸ਼ਾਹ ਸਲਾਮਤ ਇੰਨੀ ਮਹਿੰਗਾਈ, ਉਹ ਰੋਟੀ 5 ਰੁਪਏ ਦੀ, 5 ਤੋਂ 7 ਹੋ ਸਕਦੀ ਸੀ, 8 ਹੋ ਸਕਦੀ ਸੀ, 10 ਵੀ ਹੋ ਜਾਂਦੀ, ਉਹ 30 ਰੁਪਈਏ। ਇਹ ਤਾਂ ਸਾਡੀ ਸਮਝ ਦੀ ਗੱਲ ਬਾਹਰ ਹੈ, ਸਾਡਾ ਕੁਛ ਕਰੋ। ਬਾਦਸ਼ਾਹ ਨੇ ਆਖਿਆ ਉਹਨੇ ਹੀ ਸੱਦੋ, ਉਹਨਾਂ ਨਾਨਾ ਵਾਲਿਆਂ ਜਿੰਨੇ ਦੁਕਾਨ ਵਾਲੇ ਨੇ ਸਭ ਨੂੰ ਸੱਦੋ, ਮੈਂ ਹੁਣੇ ਉਹਨਾਂ ਦਾ ਇਲਾਜ ਕਰ ਦਿੰਦਾ। ਬਾਦਸ਼ਾਹ ਨੇ ਉਹਨਾਂ ਨੂੰ ਸੱਦਿਆ, ਬਾਦਸ਼ਾਹ ਦੇ ਪੇਸ਼ ਹੋਏ। ਇਹ ਕਿੰਨੇ ਦਾ ਨਾਨ ਵੇਚ ਦਿਓ? ਬਾਦਸ਼ਾਹ ਆਖਦੇ, ਬਾਦਸ਼ਾਹ ਦਾ ਕਿੰਨੇ ਦਾ ਵੇਚ ਦਿਓ ਨਾਨ? ਉਹ ਆਉਂਦੇ ਨੇ ਸਰਕਾਰ ਨਾਨ 30 ਰੁਪਏ ਦਾ, ਬਣਦਾ ਕੁਛ ਨਹੀਂ ਸੀ ਅਤੇ ਤਾਂ ਵਾਸਤੇ 30 ਰੁਪਏ ਦਾ ਕੀਤਾ। ਬਾਦਸ਼ਾਹ ਨੇ ਆਖਿਆ ਮੇਰੀ ਗੱਲ ਯਾਦ ਰੱਖ ਲਓ, ਅਗਰ ਤੁਸਾਂ ਨਾਨ 15 ਰੁਪਇਆਂ ਦਾ ਨਾ ਵੇਚਿਆ, 15 ਰੁਪਏ ਦਾ ਤੁਸਾਂ ਵੇਚਣਾ, ਅਗਰ ਜਿਹਨੇ 15 ਤੋਂ ਵੱਧ ਪੈਸਾ ਲਿਆ ਮੈਂ ਉਹਨੂੰ ਸਖਤ ਤੋਂ ਸਖਤ ਸਜ਼ਾ ਦੇਵਾਂ। ਉੱਥੇ ਜਨਾਬੇ ਵਾਲਾ ਆਵਾਮ ਨਾਰੇ ਮਾਰਨ ਲੱਗ ਪਈ, ਉਹ ਸਾਡਾ ਬਾਦਸ਼ਾਹ, ਉਹ ਕਿਆ ਬਾਤ ਹੈ, ਬੱਲੇ ਬੱਲੇ ਹੋ ਗਈ ਬਾਦਸ਼ਾਹ ਦੀ, ਐਂ ਲੋਕ ਛਾਲਾ ਮਾਰਨ ਲੱਗ ਪਏ। ਬਾਦਸ਼ਾਹ ਨੇ 15 ਰੁਪਏ ਰੇਟ ਘਟਾ ਦਿੱਤਾ। ਉਹ ਕਮਲਿਆਂ ਨੂੰ ਇਹ ਨਹੀਂ ਸੀ ਪਤਾ ਕਿ 5 ਤੋਂ 15 ਦੇ ਟੁਰ ਗਿਆ, ਅਜੇ ਵੀ ਵੱਧ ਗਿਆ। ਐਸੇ ਇਹੋ ਕੁਛ ਇਸ ਵੇਲੇ ਸਾਡੇ ਨਾਲ ਵੀ ਹੋਣ ਲੱਗਿਆ ਕਿ ਚੀਜ਼ਾਂ ਬਿਲਕੁਲ ਉਤਾਂ ਖੜ ਕੇ, 100% 'ਤੇ ਖੜ ਕੇ ਉਹਨੂੰ 75% 'ਤੇ ਲੈਣ ਦਾ, ਅਤੇ ਉਹ ਸਾਨੂੰ ਇਸ ਤਰ੍ਹਾਂ ਤਸ਼ੱਫੀ ਮਿਲ ਜਾਂਦੀ ਹੈ। ਫਿਰ ਜਿਹੜੇ ਉਹਦੇ ਕਰਿੰਦੇ ਨੇ, ਉਹਦੀ ਜਿਹੜੀ ਹਮਾਇਤੀ ਹੋਣਗੇ ਬਾਦਸ਼ਾਹ ਦੇ, ਉਹ ਫਿਰ ਆਉਂਦੇ ਨੇ ਜਨਾਬ ਵੇਖੋ ਨਾ ਸਾਡੇ ਨਾਲ ਕੀ, ਬਾਦਸ਼ਾਹ ਸਾਡਾ ਕਿੱਡਾ ਪਿਆਰਾ, ਕਿੱਡਾ ਅੱਛਾ, ਇਹੋ ਜਿਹੇ ਕੰਮ ਸਾਡੇ ਨਾਲ ਹੋਣ ਲੱਗੇ ਨੇ। ਅੱਲਾਹ ਪਾਕ ਸਭ ਨੂੰ ਸਮਝ ਦੇਵੇ, ਅਤੇ ਸਾਡੀ ਇਸ ਵੀਡੀਓ ਨੂੰ ਅਗਰ ਪਸੰਦ ਆਵੇ ਤਾਂ ਇਹਨੂੰ ਲਾਈਕ ਵੀ ਕਰਨਾ, ਸ਼ੇਅਰ ਵੀ ਕਰਨਾ ਅਤੇ ਸਬਸਕ੍ਰਾਈਬ ਵੀ ਕਰਨਾ। ਬਹੁਤ ਬਹੁਤ ਮਿਹਰਬਾਨੀ।